ਅੰਮ੍ਰਿਤਸਰ ਦੀ ਪੁਲਿਸ ਵੱਲੋਂ 5 ਡਰੱਗ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਕੋਲੋਂ 3 ਕਿਲੋ ਹੀਰੋਇਨ, 5,25,000 ਰੁਪਏ ਦੀ ਡਰੱਗ ਮਨੀ, 1 ਗੱਡੀ ਫੋਰਚੂਨਰ, 1 ਕਾਰ i20, 1 ਕਾਰ ਪਲਸ ਰਿਨੋਲਟ ਦੇ ਨਾਲ 1 ਮੋਟਰਸਾਈਕਲ ਸਪਲੈਂਡਰ, 1 ਇਲੈਕਟ੍ਰੋਨਿਕ ਕੰਡਾ ਬਰਾਮਦ ਕੀਤਾ ਗਿਆ। ਜਿਨ੍ਹਾਂ ਦੀ ਗ੍ਰਿਫਤਾਰੀ ਹੋਈ ਹੈ ਉਹ ਹਰਮਨਜੀਤ ਸਿੰਘ ਜਿਹੜਾ ਇਹ ਪਿੰਡ ਢਾਏਵਾਲ ਦਾ ਰਹਿਣ ਵਾਲਾ, ਥਾਣਾ ਚੋਹਲਾ ਸਾਹਿਬ, ਜ਼ਿਲ੍ਹਾ ਤਰਨ ਤਾਰਨ। ਉਮਰ ਉਸਦੀ ਹੈ 21 ਸਾਲ ਅਤੇ 12ਵੀਂ ਤੱਕ ਪੜ੍ਹਿਆ, ਵਿਦੇਸ਼ ਤੋਂ ਵਾਪਸ ਆਇਆ ਸੀ ਅਤੇ ਹੁਣ ਉਹ ਵਿਹਲਾ ਸੀ। ਮਨਪ੍ਰੀਤ ਸਿੰਘ ਉਰਫ ਮੰਨਾ ਵਾਸੀ ਪਿੰਡ ਧੁੰਨ, ਇਹ ਵੀ ਢਾਏਵਾਲ ਦਾ, ਥਾਣਾ ਚੋਹਲਾ ਸਾਹਿਬ, ਜ਼ਿਲ੍ਹਾ ਤਰਨ ਤਾਰਨ ਦਾ ਵਾਸੀ ਹੈ। 19 ਸਾਲ ਦਾ ਹੈ ਅਤੇ ਖੇਤੀਬਾੜੀ ਕਰਦਾ ਹੈ, ਇਹ ਵੀ 10+2 ਪਾਸ ਹੈ। ਮਨਜੀਤ ਸਿੰਘ ਉਰਫ ਮੰਨਾ ਵਾਸੀ ਧੁੰਨ, ਢਾਏਵਾਲਾ ਪਿੰਡ, ਜ਼ਿਲ੍ਹਾ ਤਰਨ ਤਾਰਨ, ਹੁਣ ਜਿਹੜਾ ਰਹਿੰਦਾ ਸੀ ਇਹ ਮੁਹੱਲਾ ਹਰਗੋਬਿੰਦਪੁਰਾ, ਗੁਰੂ ਕੀ ਵਡਾਲੀ, ਛਿਆਟਾ, ਅੰਮ੍ਰਿਤਸਰ ਦੇ ਵਿੱਚ ਰਹਿ ਰਿਹਾ ਸੀ। ਇਹ ਵੀ 10ਵੀਂ ਤੱਕ ਪੜ੍ਹਿਆ, 35 ਸਾਲ ਦੀ ਉਮਰ ਹੈ ਅਤੇ ਇਹਦੇ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ। ਲਵਜੀਤ ਸਿੰਘ ਉਰਫ ਲਵ ਉਰਫ ਲੱਭਾ ਧੁੰਨ, ਢਾਏਵਾਲ ਦਾ, ਇਹ ਵੀ ਥਾਣਾ ਚੋਹਲਾ ਸਾਹਿਬ, ਜ਼ਿਲ੍ਹਾ ਤਰਨ ਤਾਰਨ, ਆਲਵਾਸੀ, ਮੁਹੱਲਾ ਹਰਗੋਬਿੰਦਪੁਰਾ, ਗੁਰੂ ਕੀ ਵਡਾਲੀ, ਛਿਆਟਾ, ਅੰਮ੍ਰਿਤਸਰ ਦੇ ਵਿੱਚ ਰਹਿੰਦਾ ਸੀ। 8ਵੀਂ ਪਾਸ ਹੈ, 33 ਸਾਲ ਦੀ ਉਮਰ ਹੈ ਅਤੇ ਇਹ ਵੀ ਹੀਰੋਇਨ ਦੀ ਸਮਗਲਿੰਗ ਦਾ ਕਾਰੋਬਾਰ ਕਰਦਾ ਹੈ। ਇਹਨਾਂ ਵਿੱਚੋਂ 2 ਐਸੇ ਤਸਕਰ ਨੇ ਜਿਨ੍ਹਾਂ ਦੇ ਉੱਤੇ ਬਹੁਤ ਸਾਰੇ ਗੰਭੀਰ ਮਾਮਲੇ ਦਰਜ ਨੇ। ਇਹਨਾਂ ਦੇ ਵਿੱਚ ਇੱਕ ਮਹਿਲਾ ਵੀ ਕੰਮ ਕਰਦੀ ਸੀ ਜਿਹਦਾ ਨਾਂ ਕੇਸ ਕੌਰ ਉਰਫ ਕੰਮੋ ਹੈ। ਇਹ ਬਾਬਾ ਚੁੱਪ ਸ਼ਾਹ, ਗੁਰੂ ਕੀ ਵਡਾਲੀ, ਥਾਣਾ ਛਿਆਟਾ, ਅੰਮ੍ਰਿਤਸਰ ਦੀ ਰਹਿਣ ਵਾਲੀ ਹੈ। ਇਹ ਅਨਪੜ੍ਹ ਆ ਅਤੇ 65 ਸਾਲ ਇਹਦੀ ਉਮਰ ਦੱਸੀ ਜਾਂਦੀ ਹੈ। ਮਨਜੀਤ ਸਿੰਘ ਉਰਫ ਮੰਨਾ ਦੇ ਉੱਤੇ ਪਹਿਲਾਂ ਹੀ 7 ਮਾਮਲੇ ਦਰਜ ਜੇ ਅਤੇ ਲਵਜੀਤ ਸਿੰਘ ਉਰਫ ਲਵ ਇਹਦੇ ਉੱਤੇ ਵੀ 5 ਮਾਮਲੇ ਦਰਜ ਨੇ। ਸਵਾਲ ਸਭ ਤੋਂ ਵੱਡਾ ਇਹ ਹੈ ਕਿ ਕਿਸ ਤਰ੍ਹਾਂ ਇਹਨਾਂ ਬੰਦਿਆਂ ਨੂੰ ਵਾਰ ਵਾਰ ਜ਼ਮਾਨਤਾਂ ਮਿਲਦੀਆਂ ਅਤੇ ਜ਼ਮਾਨਤ ਲੈ ਕੇ ਬਾਹਰ ਆ ਕੇ ਫਿਰ ਇਹ ਮੁੜ ਉਹੋ ਹੀ ਧੰਦਾ ਕਰਨ ਲੱਗ ਪਏ। ਅਸੀਂ ਗੱਲਬਾਤ ਕੀਤੀ ਹੈ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਨਾਲ। ਆਓ ਤੁਹਾਨੂੰ ਦੱਸਦੇ ਹਾਂ ਉਹਨਾਂ ਦਾ ਇਸ ਮਾਮਲੇ 'ਚ ਕੀ ਕਹਿ। ਦੇਖੋ, ਸਾਡੇ ਮਾਨਯੋਗ CM ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਕਿ ਆਪਾਂ ਡਰੱਗ ਫਰੀ ਬਣਾਉਣਾ ਪੰਜਾਬ ਨੂੰ, ਔਰ ਇਹਦੇ 'ਚ ਇਹ ਬਹੁਤ ਵੱਡਾ ਇੱਕ ਡਰੱਗ ਕਾਰਟਲ ਅੱਜ ਸਮੈਸ਼ ਹੋਇਆ, ਜਿਹਦੇ 'ਚ ਜਿਹਨੂੰ ਆਪਾਂ ਕਹਿੰਦੇ ਬਿੱਗ ਫਿਸ਼, ਆਪਾਂ ਮੀਡੀਆ 'ਚ ਆਮ ਕਹਿੰਦੇ ਰਹਿੰਦੇ ਹਾਂ। 2 ਮੇਨ ਬਿੱਗ ਫਿਸ਼ ਸੀਗੀ, ਇੱਕ ਮਨਜੀਤ, ਇਹਦਾ ਬ੍ਰਦਰ ਲਵਜੀਤ। ਇਹਨਾਂ ਤੋਂ 3 ਕਿਲੋ ਹੀਰੋਇਨ ਅਸੀਂ ਬਰਾਮਦ ਕੀਤੀ ਹੈ ਅਤੇ ਵਹੀਕਲਸ ਨੇ, ਇੱਕ ਫੋਰਚੂਨਰ ਹੈ, ਇੱਕ i20, ਇੱਕ ਰਿਨੋਲਟ ਹੈ, ਇੱਕ ਮੋਟਰਸਾਈਕਲ ਹੈ, 5.25 ਲੱਖ ਡਰੱਗ ਮਨੀ ਹੈ, ਔਰ ਬਹੁਤ ਸਾਰੀਆਂ ਪ੍ਰੋਪਰਟੀਜ਼ ਜਿਹੜੀਆਂ ਉਹ ਇੰਟਰਸਟੇਟ ਵੀ, ਮੱਧ ਪ੍ਰਦੇਸ਼, ਪੰਜਾਬ, ਉੱਥੋਂ ਜਿਹੜੀਆਂ ਆਇਡੈਂਟੀਫਾਈ ਹੋਈਆਂ। ਬਹੁਤ ਵੱਡਾ ਹਵਾਲਾ ਦਾ ਇੱਕ ਰੈਕਟ ਚੱਲ ਰਿਹਾ ਸੀ ਡਰੱਗ ਦੇ ਨਾਲ ਨਾਲ। ਔਰ ਉਸ ਤੋਂ ਇਲਾਵਾ ਜਿਹੜੀ ਮੇਨ ਗੱਲ ਹੈ, 2015 ਤੋਂ ਇਹ ਦੋਨੇ ਜਿਹੜੇ ਮੇਨ ਵੱਡੇ ਡਰੱਗ ਲੋਰਡ ਕਹਿ ਸਕਦੇ ਹਾਂ, ਇਹ ਇਨਫੋਰਸਮੈਂਟ ਏਜੰਸੀਆਂ ਤੋਂ ਭੱਜੇ ਹੋਏ ਆ। ਜੇ ਅਸੀਂ ਪੁਰਾਣਾ ਇਹਨਾਂ ਦਾ ਰਿਕਾਰਡ ਦੇਖੀਏ ਤਾਂ DRI ਮੁੰਬਈ ਨੂੰ, ਜਿਹੜੀ ਮੁੰਬਈ ਪੋਰਟ ਦੇ ਉੱਤੇ ਹੀਰੋਇਨ ਆਈ ਸੀ 2021 ਦੇ ਵਿੱਚ, 260 ਕਿਲੋ, ਉਹਦੇ 'ਚ ਮੇਨ ਅਕਿਊਜ਼ ਨੇ ਦੋਨੇ ਭਗੌੜੇ ਆ, ਫੜੇ ਨਹੀਂ ਗਏ। ਉਸ ਤੋਂ ਇਲਾਵਾ ਦਿੱਲੀ ਸਪੈਸ਼ਲ ਸੈੱਲ ਕੋਲ 6/7/2021 ਨੂੰ 356 ਕਿਲੋ ਹੀਰੋਇਨ ਦੀ ਬਰਾਮਦਗੀ ਹੋਈ ਸੀਗੀ, ਉਹ 'ਚ ਵੀ ਇਹ ਦੋਨੇ ਮੇਨ ਅਕਿਊਜ਼ ਨੇ। ਇਸ ਤੋਂ ਇਲਾਵਾ ਜਿਹੜੇ ਪੁਰਾਣੇ ਇਹਨਾਂ ਦੇ ਕੇਸ ਨੇ, ਇੱਕ ਫਿਰੋਜ਼ਪੁਰ ਦਾ 22 ਕਿਲੋ ਦਾ, 15 ਕਿਲੋ ਦਾ ਪੁਰਾਣਾ ਅੰਮ੍ਰਿਤਸਰ ਦਾ ਹੈ। ਸੋ ਆਪਾਂ ਇੱਕ ਅੰਦਾਜ਼ਾ ਲਾ ਸਕਦੇ ਹਾਂ ਕਿ ਵੱਡੀਆਂ ਮੱਛੀਆਂ ਇਹੀ ਨੇ। ਔਰ ਜੋ ਇਹਨਾਂ ਦੀ ਪੁੱਛਗਿੱਛ ਤੋਂ ਪਤਾ ਲੱਗਿਆ
ਇਹਨਾਂ ਨੇ ਸ਼ਿਵਪੁਰੀ ਮੱਧ ਪ੍ਰਦੇਸ਼ ਦੇ ਵਿੱਚ ਜ਼ਮੀਨ ਲੈ ਕੇ ਉੱਥੇ ਛੁਪੇ ਹੋਏ ਰਹੇ, ਉੱਥੇ ਵੀ ਇਹਨਾਂ ਨੇ ਛੁਪਾ ਕੇ ਰੱਖੀ ਇਹ ਕੰਸਾਈਨਮੈਂਟਸ, ਪੁਰਾਣੀਆਂ ਗੱਲਾਂ ਨੇ। ਹੁਣ ਜੇ ਆਪਾਂ ਪ੍ਰੋਪਰਟੀਜ਼ ਦੀ ਗੱਲ ਕਰੀਏ ਤਾਂ ਇਹਨਾਂ ਦੀਆਂ ਪ੍ਰੋਪਰਟੀ ਜਿਹੜੀਆਂ ਅੰਮ੍ਰਿਤਸਰ ਰੂਰਲ ਦੇ ਏਰੀਏ ਦੇ ਵਿੱਚ ਹੈਗੀਆਂ, ਦੋ ਤਿੰਨ ਜਗ੍ਹਾ ਬਾਬਾ ਬਕਾਲਾ ਦੇ ਕੋਲ ਹੈ, ਇੱਕ ਰਾਏਪੁਰ 'ਚ ਹੈ, ਗੁਰੂ ਕੀ ਵਡਾਲੀ ਘਰ ਹੈ। ਪੁਰਾਣੀ ਜਿਹੜੀ ਇਹਨਾਂ ਦੀ ਜ਼ਮੀਨ ਸੀ, ਇਹ ਦੋਨੇ ਜਿਹੜੇ ਹੈ ਜਰਨੈਲ ਸਿੰਘ ਦੇ ਸਨ ਆਫ ਜਰਨੈਲ ਸਿੰਘ ਨੇ, ਫਾਦਰ ਇਹਨਾਂ ਨਾਮ ਜਰਨੈਲ ਸਿੰਘ ਹੈ। ਅਤੇ ਇਹ ਧੁੰਨੇ ਵਾਲ ਟੂਹੇ ਵਾਲਾ ਟਾਹੇ ਵਾਲਾ ਧੁੰਨ ਟਾਹੇ ਵਾਲਾ ਪਿੰਡ ਹੈ ਚੋਲਾ ਸਾਹਿਬ 'ਚ, ਡਿਸਟ੍ਰਿਕਟ ਤਰਨ ਤਾਰਨ 'ਚ, ਉੱਥੋਂ ਦੇ ਰਹਿਣ ਵਾਲੇ ਹੈ। ਔਰ ਇਹਨਾਂ ਦਾ ਜਿਹੜਾ ਬਾਕੀ ਪਰਿਵਾਰ ਹੈ ਉਹ ਵੀ ਇਸੇ ਕੰਮ 'ਚ ਹੀ ਅੰਦਰ ਹੈ, ਤਾਏ ਚਾਚਿਆਂ ਦੇ ਮੁੰਡੇ ਵੀ ਜੇਲ੍ਹ 'ਚ ਨੇ ਹੀਰੋਇਨ 'ਚ। ਔਰ ਜਿਹੜੀ ਇੰਪੋਰਟੈਂਟ ਹੋਰ ਗੱਲ ਹੈ ਕਿ ਹੁਣ ਇਸ ਸਮੇਂ ਤਾਕਤ ਸੀਗੇ ਇੰਡੀਆ ਛੱਡਣ ਦੇ, ਉਹਨਾਂ ਨੇ ਡਿਫਰੈਂਟ ਆਪਣੇ ਨਾਮ ਦੇ ਕੇ ਆਰ ਪੀ ਓ ਲਖਨਊ ਦੇ ਉੱਥੇ ਅਪਲਾਈ ਕੀਤਾ, ਲਖੀਮਪੁਰ ਖੇੜੀ ਦੇ ਐਡਰੈਸ ਦਿੱਤੇ ਯੂਪੀ ਦੇ, ਅਤੇ ਉੱਥੋਂ ਇਹਨਾਂ ਨੇ ਪਾਸਪੋਰਟ ਬਣਾਏ। ਇੱਕ ਨੇ ਜਿਹੜਾ ਮਨਜੀਤ ਹੈ ਜਸਵੀਰ ਸਿੰਘ ਦੇ ਨਾਮ 'ਤੇ ਹੈ, ਅਤੇ ਲਵਜੀਤ ਦਾ ਹਰਮਨ ਦੇ ਨਾਮ 'ਤੇ। ਇਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਹਵਾਲਾ ਦਾ ਟ੍ਰਾਂਜੈਕਸ਼ਨ ਕਰ ਰਹੇ, ਉਹ ਵੀ ਬੜੀ ਕਰੋੜਾਂ ਦੇ ਵਿੱਚ ਕਰਦੇ ਸੀਗੇ, ਕਿਉਂਕਿ ਬਾਹਰ ਜਿਹੜਾ ਇਹਨਾਂ ਦੇ ਲਿੰਕ ਸੀ ਉਹਨਾਂ ਨੂੰ ਪੈਸੇ ਵਾਪਸ ਭੇਜਣੇ, ਇੱਧਰ ਉੱਧਰ ਕਰਨੇ। ਔਰ ਪ੍ਰੋਪਰਟੀ ਜਿਹੜੀ ਹੈ ਕਾਫੀ, ਜੇ ਆਪਾਂ ਦੇਖੀਏ 10 ਕਿੱਲੇ ਜ਼ਮੀਨ ਹੈ ਇਹਨਾਂ ਦੀ ਓਰਿਜਨਲ, ਇੱਕ ਕੋਠੀ ਹੋ ਗਈ ਇੱਥੇ ਗੁਰੂ ਕੀ ਵਡਾਲੀ 2021 'ਚ ਲਈ, 15 ਵਿਘੇ ਜ਼ਮੀਨ ਹੈ ਸ਼ਿਵਪੁਰੀ ਦੇ ਵਿੱਚ ਮੱਧ ਪ੍ਰਦੇਸ਼, 5 ਕਿੱਲੇ ਵਡਾਲਾ ਕਲਾਂ ਬਾਬਾ ਬਕਾਲਾ ਦੇ ਵਿੱਚ ਹੈ, 6 ਕਿੱਲੇ ਇਹਨਾਂ ਨੇ ਲਈ ਹੈ ਵਡਾਲਾ ਆਪਣੇ ਰਾਏਪੁਰ ਦੇ ਵਿੱਚ ਅੰਮ੍ਰਿਤਸਰ ਰੂਰਲ 'ਚ। ਸੋ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਹੜੇ ਕਾਫੀ ਦੇਰ ਤੋਂ ਇਹ ਭਗੌੜੇ ਬੰਦੇ ਇਸ ਕੰਮ ਦੇ ਵਿੱਚ ਲੱਗੇ ਹੋਏ ਸੀ, ਉਹ ਇੱਕ ਕਮਿਸ਼ਨਰੇਟ ਪੁਲਿਸ ਔਰ ਸਾਡੀ ਟੀਮ DCP ਸਾਹਿਬ ਮਿਸਟਰ ਹਰਪ੍ਰੀਤ ਮੰਡੇਰ, ਅਮੋਲਕ ਸਾਡੇ CIA 1 ਦੇ ਇੰਚਾਰਜ, ਔਰ ਇਹਨਾਂ ਦੀ ਸਾਰੀ ਟੀਮ ਬਹੁਤ ਵੱਡੀ ਇਹਨੂੰ ਕਾਮਯਾਬੀ ਮੰਨਦੇ ਹਾਂ। ਔਰ ਫਰਦਰ ਜਿਹੜੀ ਇਹਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ, ਔਰ ਜਿਹੜੀਆਂ ਪ੍ਰੋਪਰਟੀਜ਼ ਨੇ ਔਰ ਪਾਸਪੋਰਟਸ ਨੇ ਔਰ ਸਾਰੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਅੱਗੇ ਅਸੀਂ ਕਰਾਂਗੇ ਫਾਰਵਰਡ ਬੈਕਵਰਡ ਲਿੰਕੇਜਸ ਦੇ, ਅਤੇ ਇਹਨੂੰ ਟਾਈਮ ਟੂ ਟਾਈਮ ਤੁਹਾਡੇ ਨਾਲ ਸ਼ੇਅਰ ਕਰਾਂ। ਹਾਂਜੀ, ਇੱਕ ਲੇਡੀ ਹੈਗੀ ਜਿਹੜੀ ਇਹਨਾਂ ਦੀ ਗੁਰੂ ਕੀ ਵਡਾਲੀ ਦੀ ਹੈ, ਉਹਦਾ ਨਾਂ ਹੈਗਾ ਜੀ ਕੇਸ ਕੌਰ। ਅਤੇ ਜੇ ਇਹਨਾਂ ਦੀ ਆਪਾਂ ਏਜ ਪ੍ਰੋਫਾਈਲ ਦੇਖੀਏ ਤਾਂ ਹਰਮਨਜੀਤ ਪਹਿਲਾਂ ਲੜਕਾ ਫੜਿਆ ਸੀਗਾ, ਉਹ ਵੀ ਇਹਨਾਂ ਦੇ ਪਿੰਡ ਦਾ ਹੀ ਚੋਲਾ ਸਾਹਿਬ ਦਾ, ਅਤੇ 21 ਸਾਲ ਦਾ ਉਹ UK ਤੋਂ ਆਇਆ ਸੀ ਇਸ ਕਾਰੋਬਾਰ 'ਚ ਲੱਗ ਗਿਆ ਆ ਕੇ ਇਹਨਾਂ ਨਾਲ। ਉਸ ਤੋਂ ਬਾਅਦ ਮਨਪ੍ਰੀਤ ਮੰਨਾ ਹੈ, ਇਹ ਵੀ 19 ਸਾਲ ਦਾ, ਇਹਨਾਂ ਦੇ ਪਿੰਡ ਦਾ ਹੀ ਹੈ, ਖੇਤੀਬਾੜੀ ਕਰਦਾ ਸੀ ਪਰ ਇਹਨਾਂ ਨੇ ਉਹਨੂੰ ਲਾਲਚ ਦੇ ਕੇ ਅਤੇ ਦੱਸ ਕੇ ਵੀ ਚੰਗੇ ਪੈਸੇ ਮਿਲ ਜਾਂਦੇ ਆ। ਜਿਹੜਾ ਮਨਜੀਤ ਮੰਨਾ ਹੈ ਜਿਹੜੀ ਬਿੱਗ ਫਿਸ਼ ਜਿਹਨੂੰ ਕਹਿੰਦੇ ਆ, ਇਹ 35 ਸਾਲ ਦਾ ਹੈ, ਹੀਰੋਇਨ ਦਾ ਹੀ ਕੰਮ ਕਰਦਾ ਕਾਫੀ ਸਾਲ ਤੋਂ। ਲਵਜੀਤ ਹੈ ਇਹ 33 ਸਾਲ ਦਾ, ਇਹਦਾ ਭਰਾ, ਇਹ ਵੀ ਟੋਟਲ ਡਰੱਗ ਦਾ ਹੀ ਕੰਮ ਕਰ ਰਿਹਾ ਕਾਫੀ ਸਾਲਾਂ ਤੋਂ। ਔਰ ਅਸੀਂ ਬਾਕੀ ਏਜੰਸੀਜ਼ ਨਾਲ ਵੀ ਹੁਣ ਟਾਈ ਅਪ ਕਰਾਂਗੇ, ਕਿਉਂਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਹੋਣੀ ਹੈ, ਪਲੱਸ ਜਿਹੜੀ ਇਹਨਾਂ ਦੀ ਪਾਸਪੋਰਟਸ ਦਾ ਲਿੰਕ ਹੈ ਕਿ ਉਹ ਕਿੱਦਾਂ ਵੈਰੀਫਿਕੇਸ਼ਨ ਹੋਈ RPO ਤੋਂ। ਗੱਡੀਆਂ ਜੀ, ਇੱਕ ਫੋਰਚੂਨਰ, ਇੱਕ i20, ਇੱਕ ਰਿਨੋਲਟ, ਇੱਕ ਮੋਟਰਸਾਈਕਲ, ਔਰ ਇੱਕ ਕੰਡਾ ਵੀ ਫੜਿਆ ਗਿਆ ਇਲੈਕਟ੍ਰੋਨਿਕ ਜਿਹੜਾ ਡਰੱਗ ਨੂੰ ਆਪਾਂ ਤੋਲਣ ਵਾਸਤੇ। ਉਹ ਚੱਲ ਰਹੀ ਹੈ ਜੀ ਗੱਲ, ਉਹ ਅਜੇ ਤਾਂ ਨਹੀਂ ਤੁਹਾਡੇ ਨਾਲ ਸ਼ੇਅਰ ਕਰਦੇ ਕਿਉਂਕਿ ਹੋਰ ਅਰੈਸਟ ਕਰਨੀਆਂ ਸੀ ਅੱਗੇ। ਦੋ ਦਿਖਾ ਰਹੇ ਪਰ ਤੁਸੀਂ ਕਹਿ ਰਹੇ 5 ਦੋਸ਼ੀ ਗ੍ਰਿਫਤਾਰ। ਭਾਈ ਸਾਹਿਬ 2 ਮੇਨ ਨੇ, 3 ਬੰਦੇ ਇਹਨਾਂ ਨਾਲ ਹੋਰ ਨੇ, ਮੈਂ ਤੁਹਾਨੂੰ ਦੱਸਿਆ ਤਾਂ ਹੈ ਹਰਮਨਜੀਤ ਜਿਹੜਾ UK ਤੋਂ ਆਇਆ, ਇੱਕ ਦੂਜਾ ਜਿਹੜਾ ਲੜਕਾ ਮਨਪ੍ਰੀਤ ਹੈ, ਇਹ ਦੋਨੇ ਇਹਨਾਂ ਦੇ ਪਿੰਡ ਦੇ ਹੀ ਹੈ।
ਔਰ ਇੱਕ ਪੰਜਵੀਂ ਹੈਗੀ ਲੇਡੀ ਕੇਸ ਕੌਰ, ਜਿਹੜੀ ਇਹਨਾਂ ਨੂੰ ਹਰ ਜਗ੍ਹਾ ਸਪੋਰਟ ਕਰਦੀ ਸੀ, ਕਿਉਂਕਿ ਇੱਕ ਬਜ਼ੁਰਗ ਲੇਡੀ ਦਾ ਆਸਰਾ ਲੈ ਕੇ ਬੰਦਾ ਕਿਤੇ ਨਾ ਕਿਤੇ ਰਹਿ ਸਕਦਾ, ਕਿਤੇ ਨਾ ਕਿਤੇ ਡਿਲੀਵਰੀ ਦੇ ਵਿੱਚ ਵੀ ਕੰਮ ਆ ਸਕਦਾ, ਲੋਜਿਸਟਿਕਸ ਜਿਹੜੀ ਉਹਨਾਂ ਨੂੰ ਮਦਦ ਕਰਦੀ ਸੀ, ਲੋਜਿਸਟਿਕਸ ਪ੍ਰੋਵਾਈਡ ਕਰਦੀ ਸੀ, ਉਹ ਕੇਸ ਕੌਰ ਹੈ। ਹਾਂ, ਉਹ ਜੁਡੀਸ਼ੀਅਲ ਚਲੇ ਗਏ ਜੀ, ਇਹਨਾਂ ਦਾ ਇਹ ਰਿਮਾਂਡ ਹੈਗਾ ਚੱਲ ਰਿਹਾ, ਔਰ ਸਾਨੂੰ ਲੱਗਦਾ ਕਿ ਹੋਰ ਖੁਲਾਸੇ ਹੋਣਗੇ, ਔਰ ਇੰਟਰਸਟ ਰੇਟ ਵੀ ਜਿਹੜੀਆਂ ਗੱਲਾਂ ਨੇ ਉਹ ਮੋਬਾਈਲ ਫੋਨ ਤੁਹਾਨੂੰ ਮਿਲੇ ਹੋਣੇ, ਉਹਦੇ ਵਿੱਚ ਕੁਝ ਨੰਬਰ ਨਿਕਲੇ ਨੇ ਗਵਾਂਢੀ ਸੂਬੇ ਦੇ ਜਾਂ? ਦੇਖੋ, ਸਾਰੀਆਂ ਚੀਜ਼ਾਂ ਆਪਾਂ ਇਨਵੈਸਟੀਗੇਸ਼ਨ ਦਾ ਪਾਰਟ ਨੇ, ਔਰ ਤੁਹਾਡੇ ਨਾਲ ਉਹ ਚੀਜ਼ਾਂ ਸ਼ੇਅਰ ਕੀਤੀਆਂ ਗਈਆਂ ਜਿਹੜੀਆਂ ਆਲਰੇਡੀ ਆਪਾਂ ਰਿਕਾਰਡ 'ਤੇ ਵੀ ਆ ਚੁੱਕੀਆਂ, ਔਰ ਉਹਨਾਂ ਤੋਂ ਹੀ ਇਨਵੈਸਟੀਗੇਸ਼ਨ ਅੱਗੇ ਅਸੀਂ ਕੈਰੀ ਫਾਰਵਰਡ ਵੀ ਕਰਨੀ ਹੈ। ਸਰ, 2021 ਦੇ ਵਿੱਚ ਜਿਹੜੀ ਬੰਦਰਗਾਹ 'ਤੇ ਹੀਰੋਇਨ ਫੜੀ ਗਈ ਸੀ, ਉਹਦੇ ਵਿੱਚ ਕੀ ਪ੍ਰਾਪਤੀ ਹੋਈ, ਇਹਨਾਂ ਦਾ ਲਿੰਕ ਸੀ ਇਹਨਾਂ ਦੇ? ਦੇਖੋ, ਗੱਲ ਬੜੀ ਸਿੰਪਲ ਹੈ, ਉਦੋਂ ਇਹ ਬਾਹਰਲਾ ਇੱਕ ਸਮਗਲਰ ਹੈਗਾ, ਉਹਦਾ ਜੇ ਮੈਂ ਨਾਂ ਤਾਂ ਨਹੀਂ ਲੈ ਰਿਹਾ, ਬਿਕੋਜ਼ ਉਹ ਫਿਰ ਗੱਲ ਡੀਕੇਟ ਹੋ ਜਾਂਦੀ ਹੈ। ਉਹਨਾਂ ਦੇ ਜਿਹੜੇ ਕੰਟੈਕਟਸ ਨੇ, ਉਹਨਾਂ ਨੂੰ ਅਸੀਂ ਸਾਰਿਆਂ ਨੂੰ ਦਾਇਰੇ 'ਚ ਲੈ ਕੇ ਆਉਣਾ, ਬਾਹਰ ਕੰਟੈਕਟ ਕਰਕੇ ਹੀ ਇਹਨਾਂ ਨੇ ਸਾਰਾ ਇਹ ਕੰਮ ਕੀਤਾ ਸੀ ਪੋਰਟਸ ਦੇ ਉੱਤੇ। ਉਦੋਂ ਇੰਨੀ ਇਹਨਾਂ ਦੇ ਜੋ ਕੁਛ ਵਿੱਚ ਆਇਆ ਕਿ ਇੰਨੀ ਸਖਤੀ ਨਹੀਂ ਸੀਗੀ, ਤਾਂ ਉਹਨਾਂ ਨੂੰ ਲੱਗਿਆ ਕਿ ਬੜਾ ਵਧੀਆ ਟੀਕਾ, ਆਪਾਂ ਇੰਪੋਰਟ ਐਕਸਪੋਰਟ ਦਾ ਕੰਮ ਸ਼ੁਰੂ ਕਰ ਲਿਆ, ਅਤੇ ਆਪਾਂ ਇਸ ਬਹਾਨੇ ਨਾਲ ਉੱਥੋਂ ਪੋਰਟ ਦੇ ਕੰਟੇਨਰ ਦੇ ਵਿੱਚ ਪੁਸ਼ ਕੀਤੀ ਸੀ, ਪਰ ਉਹ ਫੜੀ ਗਈ ਉਦੋਂ DRI ਵੱਲੋਂ। ਅਤੇ ਪਰ ਇਹ ਭਗੌੜਾ ਹੀ ਹੈ, 2015 ਤੋਂ, ਉਹ ਤਾਂ 2021 ਦੀ ਗੱਲ ਹੈ ਜਿਹੜੀ ਉਦੋਂ ਹੋਈ, ਅਤੇ ਮੁੰਬਈ ਪੁਲਿਸ ਨੂੰ ਵੀ ਜਿਹੜੀ ਮਿਲੀ 356 ਕਿਲੋ, ਉਹਦੇ 'ਚ ਵੀ ਇਹ ਸਾਰਾ ਮੇਨ ਰੋਲ ਹੀ ਇਹਨਾਂ ਦਾ ਸੀਗਾ, ਪਰ ਫੜੇ ਨਹੀਂ ਗਏ। ਉਹ ਅਸੀਂ ਹੁਣ ਚੈੱਕ ਕਰਦੇ ਹਾਂ ਜੀ, ਪਾਸਪੋਰਟ ਤੁਹਾਨੂੰ ਦੱਸਤਾ ਸਾਨੂੰ, ਉਹ ਨੰਬਰ ਵਗੈਰਾ ਆ ਗਏ ਉਹਨਾਂ ਦੀ ਕਾਪੀਆਂ, ਉਹ ਸਾਰਾ ਆਪਾਂ ਨੂੰ ਲੋਕਲ ਪੁਲਿਸ ਨਾਲ ਟਾਈ ਅਪ ਕਰਨਾ ਪੈ ਗਿਆ ਕਿ ਵੈਰੀਫਿਕੇਸ਼ਨ ਕਿੱਦਾਂ ਹੋਈ, ਕਿੱਦਾਂ ਇਹਨਾਂ ਨੇ ਅਪਲਾਈ ਕੀਤਾ, ਉਹ ਸਾਰੀ ਚੀਜ਼ ਆਪਾਂ ਦੇਖਾਂਗੇ। ਦੇਖੋ, ਵੈਲਿਊਏਸ਼ਨ ਤਾਂ ਨਹੀਂ ਕੀਤੀ, ਪਰ ਅਸੀਂ ਪ੍ਰੋਪਰਟੀ ਆਈਡੈਂਟੀਫਾਈ ਕਰ ਲਈ ਹੈ, ਪਰ ਇਹਨਾਂ ਦਾ ਕੰਮ ਕਾਫੀ ਹਾਈ ਲੈਵਲ 'ਤੇ ਚੱਲ ਰਿਹਾ ਸੀ, ਹਵਾਲੇ ਦਾ ਵੀ, ਉਹਦੇ 'ਚ ਵੀ ਕੁਛ ਬੰਦੇ ਫਿਕਰ ਹੋਏ ਆ, ਪਰ ਅਜੇ ਉਹਨਾਂ ਦੇ ਨਾਮ ਆਪਾਂ ਨਹੀਂ ਦੱਸ ਰਹੇ, ਉਹਨਾਂ ਨੂੰ ਜਲਦੀ ਅਸੀਂ ਅਰੈਸਟ ਕਰਾਂਗੇ ਸਾਰੇ। ਬਿਲਕੁਲ ਹੋਏਗੀ ਜੀ, ਟਰੈਵਲ ਏਜੰਟ ਹੈ, ਕੋਈ ਹੋਰ ਹੈ, ਦੇਖੋ ਸਾਰੀਆਂ ਚੀਜ਼ਾਂ ਤਾਂ ਹੁਣ ਪਰਤਾਂ ਖੁੱਲਣਗੀਆਂ, ਪਰ ਮੈਂ ਜਿਹੜੀ ਤੁਹਾਨੂੰ ਮੇਨ ਗੱਲ ਇਹਦੇ 'ਚ ਦੱਸਣੀ ਹੈ ਕਿ ਆਪਾਂ ਹਰ ਰੋਜ਼ ਸਮਝਦੇ ਹਾਂ ਕਿ ਬਿੱਗ ਫਿਸ਼ ਨਹੀਂ ਫੜੀ ਜਾਂਦੀ, ਆਮ ਮੀਡੀਆ 'ਚ ਚਰਚਾ ਹੁੰਦਾ, ਬਟ ਆਈ ਵਾਂਟ ਟੂ ਟੈਲ ਯੂ ਦਿਸ ਇਜ਼ ਐਕਚੁਅਲ ਬਿੱਗ ਫਿਸ਼, ਔਰ ਅਸਲੀ ਪ੍ਰੋਫੈਸ਼ਨਲ ਪੁਲਿਸਿੰਗ ਦੇ ਵਿੱਚ ਮੈਂ ਆਪਣੀ ਸਾਰੀ ਟੀਮ ਨੂੰ, ਸਾਡੇ ਮਾਨਯੋਗ DG ਸਾਹਿਬ ਅਤੇ CM ਸਾਹਿਬ ਦੇ ਦਿਸ਼ਾ ਨਿਰਦੇਸ਼ ਜਿਹੜੇ ਕੰਮ ਕਰ ਰਹੇ ਆ, ਦਿੱਲੀ ਵਧਾਈ ਦਿੰਦਾ ਕਿ ਇੰਨਾ ਪ੍ਰੋਫੈਸ਼ਨਲ ਕੰਮ ਕਰਕੇ ਇੰਨੀ ਦੇਰ ਦੇ ਵੱਡੇ ਭਗੌੜੇ ਜਿਹੜੇ ਇੰਨਾ ਓਪਰੇਟ ਕਰ ਰਹੇ ਇੰਟਰ ਸਟੇਟ ਔਰ ਆਊਟਸਾਈਡ ਇੰਡੀਆ ਵੀ, ਤਾਂ ਹੀ ਇੰਪੋਰਟਸ ਦੇ ਉੱਤੇ ਇਹੋ ਜਿਹਾ ਆ ਰਿਹਾ। ਸੋ ਇਟਸ ਅ ਬਿਗ ਅਚੀਵਮੈਂਟ। ਯਾਰ ਦੇਖੋ, ਗੱਲ ਇਹ ਹੈ, ਪੁਲਿਸ ਦਾ ਕੰਮ ਹੈ ਕਿ ਅਸੀਂ ਹਰੇਕ ਚੀਜ਼ ਨੂੰ ਬਰੀਕੀ ਨਾਲ ਇਨਵੈਸਟੀਗੇਟ ਕਰਨਾ, ਔਰ ਜਦੋਂ ਵੀ ਸਾਨੂੰ ਰਿਕਵਰੀਜ਼ ਹੋਈਆਂ, ਤੁਸੀਂ ਦੇਖਿਆ ਪਿਛਲੇ ਸਮੇਂ 'ਚ ਆਪਾਂ ਕਮਿਸ਼ਨਰੇਟ ਪੁਲਿਸ ਵੱਲੋਂ ਵੱਡੀਆਂ ਡਰੱਗ ਦੀਆਂ ਅਤੇ ਆਮਸ ਦੀਆਂ ਰਿਕਵਰੀਆਂ 'ਚ ਸਾਡੀ ਸਾਰੀ ਟੀਮ ਨੇ ਬੜੀ ਮਿਹਨਤ ਕੀਤੀ ਹੈ। ਸੋ ਅਸੀਂ ਹਰੇਕ ਚੀਜ਼ ਨੂੰ ਬੜੇ ਬਰੀਕੀ ਨਾਲ ਅੱਗੇ ਤੋਂ ਅੱਗੇ ਬੈਕਵਰਡ ਲਿੰਕੇਜ, ਫਾਰਵਰਡ ਲਿੰਕੇਜ, ਪ੍ਰੋਫੈਸ਼ਨਲ ਪੁਲਿਸਿੰਗ ਜੋ ਹੈ ਉਹ ਕਰਦੇ ਹਾਂ, ਇਨਵੈਸਟੀਗੇਸ਼ਨ ਕਰਦੇ ਹਾਂ, ਉਸੇ ਦਾ ਸਿਲਸਿਲਾ ਕਿ ਇੰਨੀ ਮਿਹਨਤ ਨਾਲ ਇਹ ਬਰੀਕੀ ਨਾਲ ਅੱਗੇ ਤੋਂ ਅੱਗੇ ਜਾਂਦੇ ਸਾਡੀ ਕੜੀ ਜਿਹੜੀ ਜੁੜੀ ਹੈ, ਅਤੇ ਵੱਡੀ ਕਾਮਯਾਬੀ ਹੋਈ। ਉਹ ਵੀ RCM ਸਾਰੀਆਂ ਚੈੱਕ ਕਰ ਰਹੇ, ਇਹਨਾਂ ਦੇ ਕੋਈ ਰਿਸ਼ਤੇਦਾਰ ਆ, ਕੋਈ ਆਪਣੇ ਨਾਮ 'ਤੇ ਝੂਠੇ ਮੂਠੇ ਕੀਤੀਆਂ ਹੋਈਆਂ, ਉਹ ਸਾਰੀਆਂ ਪਾਰਟ ਆਫ ਦੀ ਕੇਸ ਹੈ। 5.25 ਲੱਖ ਰੁਪਈਆ ਜਿਹੜਾ ਉਹ ਵੀ ਕੈਸ਼ ਮਿਲਿਆ, ਹੋਰ ਵੀ ਮਿਲਣ ਦੀ ਉਮੀਦ ਹੈ। ਦੇਖੋ, ਉਹ ਤਾਂ ਮੋਟਰ ਸਪਰੈਂਡ ਹੀ ਚੇਂਜ ਕ੍ਰਿਮੀਨਲ ਕਰਦਾ ਹੀ ਹੈ ਜੀ ਆਪਣਾ, ਬਟ ਅੱਛਾ ਇਹ ਆਪਰੇਸ਼ਨ ਹੋਇਆ ਹੈ ਜੀ, ਨਹੀਂ ਅਸਲਾ ਨਹੀਂ।
ਥੈਂਕ ਯੂ।